ਅਕਾਲੀ ਸਰਕਾਰ ਦੇ ਕੀਤੇ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਅੱਜ ਕਾਦੀਆਂ ਦੇ ਪਿੰਡ ਵਸਰਾਮਾ ਦੇ 21 ਪਰਿਵਾਰ ਕਾਂਗਰਸ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਬਾਦਲ 'ਚ ਸ਼ਾਮਿਲ ਹੋ ਗਏ। ਅੱਜ ਇਹਨਾਂ ਪਰਿਵਾਰਾਂ ਨੂੰ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਜੀ ਆਇਆਂ ਕਿਹਾ। ਸੇਖਵਾਂ ਨੇ ਕਿਹਾ ਕਿ ਪੰਜਾਬ ਦਾ ਸਰਬਪੱਖੀ ਵਿਕਾਸ ਹੋ ਰਿਹਾ ਹੈ, ਇਸੇ ਕਰਕੇ ਲੋਕੀ ਖੁਸ਼ ਹਨ। ਪਿੰਡ ਵਸਰਾਮਾ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡੀ ਆਪਣੀ ਸ਼ਕਤੀ ਮਿਲੀ ਆ ਕਿ ਅੱਜ ਸਰਦਾਰ ਮੁਖਤਾਰ ਸਿੰਘ ਜੀ, ਸਰਦਾਰ ਚਰਨ ਸਿੰਘ ਜੀ ਉਹਨਾਂ ਦੇ ਨਾਲ ਕਰੀਬ 20-21 ਪਰਿਵਾਰ ਜਿਹੜੇ ਨੇ ਉਹ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਆ। ਇਹ ਉਹ ਇਨਸਾਨ ਨੇ ਜਿਹੜੇ ਬੜੇ ਪੱਕੇ ਇਰਾਦੇ ਦੇ ਆਪਣੇ ਲੋਕ ਨੇ ਅਤੇ ਸਾਰੇ ਹੀ ਕਿਸਾਨੀ ਨਾਲ ਸੰਬੰਧਿਤ ਨੇ ਅਤੇ ਡੇਰਿਆਂ 'ਤੇ ਰਹਿੰਦੇ ਆ। ਇਹਨਾਂ ਦੇ ਰਸਤਿਆਂ ਦੀ ਪ੍ਰੋਬਲਮ ਹੈ ਜਿਹਦੇ ਕਰਕੇ ਇਹਨਾਂ ਦੀ ਜਿਹੜੀ ਇਹ ਮੁਸ਼ਕਲ ਸੀ ਅੱਜ ਤੱਕ ਹੱਲ ਨਹੀਂ ਹੋਈ। ਮੈਂ ਇਹਨਾਂ ਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇਹਨਾਂ ਦੇ ਡੇਰੇ ਜਿਹੜੇ ਆ ਉਹਨਾਂ ਦੇ ਰਸਤੇ ਪੱਕੇ ਕਰਾਂਗੇ। ਹੋਰ ਵੀ ਜਿਹੜੀਆਂ ਇਹਨਾਂ ਦੀਆਂ ਪਿੰਡ ਦੀਆਂ ਸਮੱਸਿਆਵਾਂ ਨੇ ਉਹ ਵੀ ਅਸੀਂ ਦੂਰ ਕਰਾਂਗੇ। ਇਹ ਨਗਰ ਉਹ ਆ ਜਿੱਥੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕਰੀਬ 3 ਕਰੋੜ ਰੁਪਈਆ ਇਸ ਨਗਰ ਦੀ ਡਿਵੈਲਪਮੈਂਟ ਵਾਸਤੇ ਖਰਚ ਕੀਤਾ ਆ। ਸੋ ਮੈਂ ਸਮਝਦਾ ਕਿ ਪੰਜਾਬ ਸਰਕਾਰ ਦੀ ਡਿਵੈਲਪਮੈਂਟ ਦੇ ਕੰਮ ਵੇਖ ਕੇ ਅੱਜ ਲੋਕ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਆ। ਜਿਹੜੇ ਮੇਰੀ ਪਾਰਟੀ 'ਚ ਆਏ ਨੇ ਉਹਨਾਂ ਨੂੰ ਆਪਣੀ ਪਾਰਟੀ 'ਚ ਆਉਣ 'ਤੇ ਜੀ ਆਇਆਂ ਆਖਦਾ, ਉਹਨਾਂ ਦਾ ਸਵਾਗਤ ਕਰਨਾ, ਧੰਨਵਾਦ ਕਰਨਾ, ਯਕੀਨ ਦਿਵਾਉਣਾ ਕਿ ਅਸੀਂ ਉਹਨਾਂ ਦਾ ਪਾਰਟੀ ਵਿੱਚ ਪੂਰਾ ਮਾਣ ਇੱਜ਼ਤ ਅਤੇ ਸਤਿਕਾਰ ਕਰਾਂਗੇ।